ਸਾਡਾ ਬੰਦਾ ਪੰਮਾ ਬਾਈ ਕੱਲਾ ਹੀ ਇਹ ਜ਼ਿੰਮੇਵਾਰੀ ਵਾਲਾ ਜਿਹੜਾ ਕੰਮ ਦੀ ਜਾਂਚ ਰੱਖਦਾ ਹੈ ਆਹ ਤਾਂ ਦੋਣਾ ਆਲਿਆਂ ਟਾਲਿਆਂ ਵਾਲੇ ਨੇ ਇਹ ਮਾਈਕਲ ਪੰਪ ਲਾ ਲੈ ਬੰਦੇ ਕੰਮ ਲੈਂਦਾ ਨਹੀਂ ਮਾਈਕੋ ਦੇ ਇਹ ਕਹਿੰਦੇ ਮਾਈਕਲ ਪੰਪ ਲਾਉਂਦਾ ਇਹ ਬੰਦੇ ਦੋਵੇਂ ਹਾਸੀ ਖੱਡੀ ਦੇ ਤੇ ਬਸ ਆਹ ਲਓ ਜੀ ਆਪਾਂ ਐਸਐਮਐਸ ਕਰਤਾ ਸੀ ਰਾਤ ਲਾਤਾ ਸੀ ਜੀ रात या पकड़ा पाता है ऐसा ऐसा अरे कब कुड़ियां लगन वाली है घोड़ी घोड़ी आप ला देनी होर दो घंटे ने तुम ये भाई करा देंगे जी इधर भी नाट खोलते हैं हिस्से दे जी आ देखो इन्ना उच्चा हो जूगा तो बहुत मशीन बढ़िया हो जानी है उच्चा जिन्नी उच्ची होगी एदा कोई दाणा दा नहीं कारण यह एक असी जिन्हां दा पता वह जान सकते भी कहदे कारण यह करन लग्गिया उच्चा ए, की गल की क्यों कर दिया अच्छा सानू पता है वही की कारण है कहदे वास्ते करन लगे जिक लगे साइडां नूं एक पुछा बंदे ने मैं यार मैं इस समय चलाना मैं जाना कल नूं मशीन लैके इधर रोपड़ नूं वो मैंने कहिंदा हुण ना पंगा लाया तैनूं 10-12 दिन लग जाणगे इस समय कित्थों ने फिट कर लेगा तूं ते आपां कल भाई लगे हाँ सवेरे 11 बजे लगे जी काम चालू किया इस समय का इस समय खड़ा करता जी आ चार बंदे पांच गए घूमते फिरते एक काम करता चार देखते यही नहीं तो यही करना नाटना खराब हो जाए थलो वे थलो पर सन लगा थले निकलन आनत रख दे खराब ही है टुटा है एक तो करता है तुम थले पे मैं छैनी छुनी डा थले छैनी इधर बच्चे हाल ही उलझन सही पे ही है चलो फटाफट जेड़ वो ऐसे पाया है पादे पुदी में जावे कौन पादी जावे ਆਦੀ ਮਸ਼ੀਨ ਦਾ ਪਾਦੀ ਗਾਜ ਲਈ ਸਾਡੇ ਐਲ ਕੀ ਖਰਾਬ ਕਰਨੀ ਇਥੇ ਛੈਣੀ ਦਾ ਸੱਟ ਮਾਰ ਰਹਿਲਾ ਹੋ ਜਾਣਾ ਤੱਲੋ ਇੱਧਰ ਤਾਂ ਹਲਕੀ ਹੀ ਉੱਧਰ ਤਾਂ ਇੱਧਰ ਯਾਰ ਇਹ ਨਹੀਂ ਨਿਕਲਣਾ ਥੋੜੀ ਗਾ ਤੂੰ राती तत्ता पन लूर रोटी मंगी को नी मंगनी पी ना बड़ी औखी मंगी अद्धी रात मैंने फोन की खड़ा भी मेरे अखा च वैल ढंग रड़क दियां अखा मैं कड़ा डंग टरां नहीं मैं कड़ा डंग टरां भी तैनू दस दे नरेश आ डॉक्टर तक फोन आया अंदरू कच्ची भाई निकला नहीं निकला जरा अंदरू डॉक्टर ते जाना जाई कदे करंट चार्ज कर दे मैं हो जा भाई ऐसा मैसेज विखाई आपां फिर अपन कौन पसंद कर जाए ऐसा मैसेज ना विखाया अपन गाहक ने आखना ही नहीं भी तुहाडा काम चंगयाड़े सरदार इधर आ गए आ देखो जी ऐसा मैसेज लग्या जी बस हाँ बैल्टा लाओ टंगिया खड़िया एस एम एस वालिया ए बैल्टा ला दो चंगा खुला कि नहीं
ਅਸੀਂ ਪੰਜ ਬੰਦੇ ਤੇਰੇ ਮੂੰਹ ਹੁਣ ਵੇਖੀ ਜਾਣੇ ਛੇਵਾਂ ਤੋਂ ਲੱਗਾ ਕਰਤੀ ਜੀ ਮਸ਼ੀਨ ਆਪਾਂ ਨੇ ਪਿੱਛੋਂ ਉੱਚੀ ਹੁਣ ਇਹਨੂੰ ਬਸ ਨਟ ਪਾਤੇ ਆ ਇਹਨੇ ਲੈ ਕਰ ਦੇਣਾ ਇਹਨੂੰ ਆ ਸਾਰੀ ਤਸੱਲੀ ਬਸ ਕੰਮ ਕਰਨਾ ਜੀ ਇਹਦਾ ਆਪਾਂ ਇਹੋ ਜਿਹੀ ਮਸ਼ੀਨਾਂ ਕਿਸਮਾਂ ਤੁਹਾਨੂੰ ਮਿਲਦੀਆਂ ਹੁੰਦੀਆਂ ਨੇ ਮਥਾੜੂ 4600 ਇਹਨੂੰ ਵਿੱਚਾ ਕਰਨਾ ਜੀ ਆਪਾਂ ਖੇਤਾਂ ਦੀ ਰਾਣੀ ਨੂੰ ਇਹ ਵੀ ਬਹੁਤ ਬੰਦੇ ਸਾਡੇ ਕਹਿੰਦੇ ਸਾਡੇ ਨਾ ਕੰਡ ਪਿੱਛੇ ਨਾ ਥੋੜ੍ਹਾ ਨਾਲ ਹੀ ਲੱਗੀ ਰਹਿੰਦੀ ਆ ਟੈਂਕੀ ਦੇ ਅੱਗੋਂ ਚਕੀਜ ਕੇ ਪੈਰ ਕਲੱਚ ਕਰ ਪਹੁੰਚ ਦੇਣੀ ਆਪਾਂ ਇਹਨੂੰ ਵੀ ਥੋੜ੍ਹਾ ਜਿਹਾ ਉੱਪਰ ਕਰਨਾ ਪਿੱਛੋਂ ਇਹ ਵੀ ਬਹੁਤ ਨੀਵੀਂ ਲੱਗਦੀ ਆ ਇੱਕ ਇੱਕ ਅਸੀਂ ਇਹਦੇ ਵਿੱਚ ਚੈਨਲ ਪਾ ਦਿੰਦੇ ਜੀ ਸਾਈਡ ਨੂੰ ਬੱਤਾਂ ਵੀ ਪੈ ਜਾ ਕੋਈ ਹਰਜ ਤਾਰ ਲੱਗੀ ਵੈਲਡਿੰਗ ਵਾਲੀ ਲਪੇੜ ਲੋ ਇਹਦਾ ਖਲਾਰਾ ਵਿੱਚ ਪਾ ਲਿਆ ਫਿਰ ਉਹਦਾ ਹੋ ਗਿਆ ਫਿਰ ਕਿਸੇ ਨਿਬੜ ਕਿੱਥੇ ਗਿਆ ਦੂਜਾ ਲਿਆ ਲਿਵਰ ਤਿੰਨ ਨਾੜ ਰਹੇ ਜਦੋਂ ਮਰਜ਼ੀ ਖੋਲ ਲੈ ਜਿਹਨੇ ਕਦੇ ਟਾਈਮ ਲੱਗਣਾ ਉਹੀ ਗੱਲ ਇਹ ਆਹ ਨਹੀਂ ਵੀ ਸੱਚਾ ਕਰਨਾ ਇਹ ਨਾਲ ਲਗਮੇ ਹੋ ਜਾਂਦੇ ਨੇ ਪਹਿਲਾਂ ਸਾਡਾ ਵੀ ਕਰ ਨਹੀਂ ਇਹਨਾਂ ਨੂੰ ਪੁੱਛ ਵੀ ਇੱਕ ਤਾਂ ਪਹਿਲਾਂ ਨਿਬੜ ਲੈਣ ਦੇ ਵਿੱਚ ਇਹਨਾਂ ਦੇ ਖਲਾਰਾ ਹੋਏ ਨੇ ਤੂੰ ਕਿ ਪਹਿਲਾਂ ਉਹ ਤਾਂ ਨਿਬੜ ਲੈਣ ਦੇ ਸਮਾਨ ਲਿਆ ਅੱਛਾ ਕਮਰ ਆਇਆ ਵੀ ਕਹਿੰਦੇ ਝੋਨਾ ਪੱਗ ਆ ਆਪਣਾ ਕੱਲ੍ਹ ਜਾਂ ਪਰਸੋਂ ਵੱਢਣਾ ਇਹ ਮਸ਼ੀਨ ਦੱਸਣਗੇ ਵੀ ਕਿਹੜੀ ਆਪਾਂ ਲਾਉਣੀ ਆ ਤਿੰਨਾਂ ਚੋਂ ਫਿਰ ਉਹ ਇੱਥੇ ਛੱਡਣੀ ਪਊਗੀ ਬਾਕੀ ਲਿਜਾਣੀਆਂ ਪੈਣੀਆਂ ਨੇ ਕਿੰਨੇ ਦੋ ਤਿੰਨ ਦਿਨ ਲੈ ਜੂਗਾ ਝੋਨਾ ਦੋ ਤਿੰਨ ਦਿਨ ਹੀ ਲੱਗਣਗੇ ਬਸ ਠੀਕ ਆ ਕਿੰਨੇ 20 ਕਿੱਲੇ ਆਇਆ ਥੋੜ੍ਹਾ ਹੀ ਪੱਕਾ ਜੀ 1500 ਕਿੱਲੇ ਪੱਕਿਆ ਪਿਆ ਅਜੇ ਇਹਨਾਂ ਕੋਲ ਪੱਕਾ ਹੈ ਅਤੇ ਯਾਰ 40-50 ਕਿੱਲੇ ਬਾਅਦ 'ਚ ਵੱਢਾਂਗੇ ਠੀਕ ਹੈ ਇਹਨਾਂ ਕੋਲ ਬਾਈ 70-75 ਕਿੱਲੇ ਹੈਗੀ ਹੈ ਜ਼ਮੀਨ ਇਹ ਕਹਿੰਦਾ ਵੀ 40-45 ਕਿੱਲੇ ਬਾਅਦ 'ਚ ਵੱਢਾਂਗੇ ਪਹਿਲਾਂ 15 ਕਿੱਲੇ ਆਇਆ ਇਹਨਾਂ ਨੇ ਦੂਜਾ ਲਾਇਆ 26 ਉਹ ਵੱਢਣਗੇ ਸ਼ਾਮੇਰ ਕਿੱਥੇ ਕਰਿਆ ਉਹ ਕਰਿਆ ਬੈੱਡ ਬੁੱਡ ਤਾਂ ਉੱਚੇ ਨੇ ਬੈੱਡ ਤਾਂ ਵੇਖ ਤਾਂ ਅਸੀਂ ਵਿੱਚ ਵੜ ਕੇ ਕਿੰਨਾ ਉੱਚਾ ਹੈ ਇਹ ਤਾਂ ਸ਼ੌਂਕ ਨਾ ਕਰਨੀ ਇਹਨਾਂ ਨੂੰ ਬਸ ਟਾਈਮ ਫਿਰ ਖਰਾਬ ਕਰਨਾ ਵਿਕ ਦਿਹਾੜੀ ਇੱਧਰ ਬਰਬਾਦ ਕਰੀਏ ਵੀ ਕੰਮ ਮੌਕੇ 'ਤੇ ਪਹਿਲਾਂ ਨਾ ਨਿਬੜ ਜਾਵੇ ਬਸ ਪੂਰੇ ਪੂਰੇ ਟਾਈਮ 'ਤੇ ਨਿਬੜੇ ਆਹ ਗੱਲ ਅਤੇ ਸਪੈਸ਼ਲ ਨਾ 3000 ਸਾਨੂੰ ਸਮਾਨ ਦੇ ਵਾਪਸ ਲੈ ਕੇ ਜਾਣਾ ਚਾਹੀਦਾ ਆਹ ਰੌਲਾ ਇਹਨਾਂ ਦਾ ਮੈਂ ਨਾ ਪਹਿਲਾਂ ਉਹਨਾਂ ਨਾਲ ਨਿਬੇੜ ਲਈਏ ਇਹਨੂੰ ਐਮ ਓ ਲਿਖਿਆ ਆਪਣੇ ਕਹਿੰਦਾ ਨਾਂ ਲਿਖੀ ਉਹਦੇ ਪਿੱਛੇ ਪੰਮੇ ਦੇ ਕੰਮ ਲਿਆ ਮੈਨੂੰ ਲੱਗਦਾ ਹੈ ਔਰ ਐਮ ਓ ਮਠਾੜੂ ਵਾਲਾ ਨਾਂ ਲਿਖਿਆ ਉਹ ਵੀ ਲਿਖ ਦਿੰਦਾ ਉਹੀ ਵਧੀਆ ਨਹੀਂ ਲਾ ਦੇਣੇ ਪੰਮਾ ਨਰਾ ਦਿੰਦਾ ਹੈ ਕਦੇ ਨਹੀਂ ਲਾ ਦੇਣੇ ਪੰਮਾ ਨਰਾ ਦਿੰਦਾ ਅੱਜ ਇੱਕ ਆਪਾਂ ਟਾਇਰ ਵੀ ਲਿਆਉਣਾ ਸੀ ਨਵਾਂ ਐਮ ਆਰ ਐਫ ਦਾ ਇੱਕ ਤਾਂ ਆਪਣੇ ਕੋਲ ਆਹ ਹੈਗਾ ਬਿਲਕੁਲ ਨਵਾਂ ਹੈਗਾ 90 ਕੁ ਪੈਸੇ ਹੈਗਾ ਟਾਇਰ ਅਤੇ ਆਹ ਦੋ ਲੱਗੇ ਜੀ ਇਹਨੂੰ ਨਵੇਂ ਜੱਸੀ ਨੂੰ ਆਹ ਦੇਖੋ ਜੀ ਆਹ ਟਾਇਰ ਲਾ ਦੇਣਾ ਅਤੇ ਆਪਾਂ ਨੇ ਆਹ ਵੀ ਉਤਾਰ ਦੇਣਾ ਟਾਇਰ ਦੋਨੇ ਇੱਕ ਟਾਇਰ ਉਹ ਲੱਗ ਜੂਗਾ ਇੱਕ ਇਹਦੀ ਥਾਂ 'ਤੇ ਨਵਾਂ ਲਾਉਣਾ ਜੇ ਤਾਂ ਹੀ ਚੱਲੂਗੀ ਮਸ਼ੀਨ ਉੱਥੇ ਜਾ ਕੇ ਉੱਥੇ ਗਿੱਲੇ ਖੇਤ ਐਤਕੀ ਬਹੁਤ ਜ਼ਿਆਦਾ ਮਿਲੂਗਾ 40-50 ਹਜ਼ਾਰ ਦਾ ਮਿਲੂਗਾ ਨਾ ਰਿਮ ਵੀ ਲਾਵਾਂਗੇ 50 ਹਜ਼ਾਰ ਖਰਚਾ ਆਊਗਾ ਟੋਟਲ ਬਸ ਕਰ।